لك خوشيا بعد شنجا جي سات بور نظر كري ladies and gentlemen firstly many many congratulations for new couple I wanna say something for my team my team name is a Satrang Malvaikata group you have also watching lot of the TV channel one is the most important thing we are all the students of Punjab and Punjab University I'm also doing MA Mass Communication Journalism at Punjab University this is our Punjabi folk culture we have represent our feeling in the end I would like to say that many many congratulations ਪੰਜਾਬੀ ਦੀ ਗੱਲ ਕਰੀਏ ਮਾਲਵੇ ਦਾ ਲੋਕ ਨਾਚ ਟਿੱਪਿਆਂ ਦੀ ਧਰਤੀ 'ਚ ਪੈਦਾ ਹੋਇਆ ਤੁਹਾਡੇ ਸਾਹਮਣੇ ਰੂਬਰੂ ਪੇਸ਼ ਕਰਨ ਲੱਗਿਆ ਉਹ ਕਹਿੰਦੇ ਪੰਜਾਬ ਦੀ ਧਰਤੀ ਉਹ ਪੰਜਾਬ ਦੀ ਧਰਤੀ ਚੋਦਿਆਂ ਦੀ ਧਰਤੀ ਜਿੱਥੇ ਨੱਚਦੀ ਜਵਾਨੀ ਕਹਿ ਲੋ ਫਰੇਤਾ ਲਹਿਰੋਂ ਦੀਆਂ ਫਸਲਾਂ ਇਸ ਧਰਤੀ ਦਾ ਮਾਣ ਇਸ ਧਰਤੀ ਦੀ ਸ਼ਾਨ ਲੈ ਕੇ ਹਾਜ਼ਰ ਮਾਲਵੇ ਦਾ ਲੋਕ ਨਾਚ ਮਲਵਈ ਕਿੱਦਾਂ ਮਲਵਈ ਕਿੱਦਾਂ ਮਲਵਈ ਕਿੱਦਾਂ ਚੱਕ 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 ਜਵਾਨਾ ਪੁਰਾਣੇ ਸਮੇਂ 'ਚ ਬਜ਼ੁਰਗ ਸੁਣਦੇ ਸੀ ਕਹਿੰਦੇ ਮਲਵਈ ਕਿੱਦਾਂ ਅਧੂਰਾ ਮੰਨਿਆ ਜਾਂਦਾ ਸੀ ਕਹਿੰਦੇ ਉਹ ਕਿਨਵੇਂ ਦਿਨਾਂ ਨੂੰ ਚੜ੍ਹੀ ਜਵਾਨੀ ਰੂਪ ਝਾਂਬੜਾ ਪਾਵੇ ਬਈ ਪਤਲੀ ਕਮਰ ਸਮਾਨ ਸ਼ੇਰ ਦੇ ਪਤਲੀ ਕਮਰ ਸਮਾਨ ਸ਼ੇਰ ਦੇ ਝੂਟੇ ਖਾਂਦੀ ਜਾਵੇ ਬਈ ਹਾਥੀ ਵਾਂਗੂ ਫਿਰੇ ਮਿਹਣ ਦੀ ਬਈ ਹਾਥੀ ਵਾਂਗੂ ਫਿਰੇ ਮਿਹਣ ਦੀ ਨਾਗ ਵਾਂਗ ਵਰ ਖਾਵੇ ਗਰਦਨ ਪੇਕੋ ਦੀ ਮੋਰ ਵਾਂਗ ਲਚਕਾਵੇ ਮਗਰੋਂ ਲੱਗਣਗੇ ਆਵੇ ਉਹ ਮਗਰੋਂ ਲੱਗਣਗੇ ਆਵੇ ਨੀ ਰੋਕੇ
ਸਾਡੀ ਤਾਂ ਕੋਈ ਏਡੀ ਔਕਾਤ ਨਹੀਂ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਨਾਨਕ ਮਹਾਰਾਜ ਨੇ ਉਸ ਲੈਵਲ ਦੇ ਕਰਤਾ ਯੂਨੀਵਰਸਿਟੀਆਂ ਤੋਂ ਲੈ ਕੇ ਸਾਨੂੰ ਇੰਗਲੈਂਡ ਦੀ ਧਰਤੀ ਤੱਕ ਗਿੱਧੇ ਪਾਉਂਦੇ ਵੇਖਿਆ ਜਨਵਰੀ ਦੇ ਵਿੱਚ ਇਹੀ ਟੀਮ ਨੂੰ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੇਖੋਗੇ ਤੇ ਮਾਰਚ ਦੇ ਵਿੱਚ ਕੈਨੇਡਾ ਸੋ ਕਾਫੀ ਇੰਟਰਵਿਊਜ਼ ਨੂੰ ਤੁਸੀਂ ਪਿਆਰ ਕਰਦੇ ਤੁਹਾਡੇ ਵੀਰਾਂ ਨੂੰ ਸੋ ਅਸੀਂ ਧੰਨਵਾਦ ਕਰਦੇ ਇੱਕ ਬੋਲੀਆਂ ਜ਼ਰੂਰ ਸ਼ੇਅਰ ਕਰਾਂਗੇ ਜਿਨ੍ਹਾਂ ਦੀ ਡਿਮਾਂਡ ਆ ਸੋ ਬਾਈ ਹੁਰਾਂ ਵੱਲੋਂ ਇੰਗਲਿਸ਼ ਬੋਲੀਆਂ ਸੁਣਿਓ ਕਹਿੰਦਾ ਨੀ ਯੂ ਆਰ ਦੇਰ ਇਨ ਆਸਟ੍ਰੇਲੀਆ ਆਈ ਐਮ ਵੇਟਿੰਗ ਹੇਅਰ ਨੀ ਡੇ ਪਾਸਿੰਗ ਇਜ਼ ਵੈਰੀ ਹਾਰਡ ਨੀ ਡੇ ਪਾਸਿੰਗ ਇਜ਼ ਵੈਰੀ ਹਾਰਡ ਨੀ ਦੈਨ ਦੇਰ ਇਜ਼ ਅ ਨਾਈਟ ਇਨ ਫੀਅਰ ਨੀ ਮਿੰਟ ਇਜ਼ ਲਾਈਕ ਐਨ ਆਵਰ ਹੋ ਮਿੰਟ ਇਜ਼ ਲਾਈਕ ਐਨ ਆਵਰ ਐਂਡ ਆਵਰ ਸਾਊਂਡਸ ਡੀਅਰ ਯੂ ਵਿਲ ਅਰੇਂਜ ਮੀ ਕਿਸਟਰ ਵੀ ਬਾਡੀ ਯਰ ਯੂ ਵਿਲ ਅਰੇਂਜ ਮੀ ਹੋ ਕਿਸਟਰ ਵੀ ਬਾਡੀ ਯਰ ਯੂ ਵਿਲ ਅਰੇਂਜ ਮੀ ਕਿਸਟਰ ਵੀ ਬਾਡੀ ਯਰ ਯੂ ਵਿਲ ਅਰੇਂਜ ਮੀ ਅਰੇਂਜ ਮੀ ਕੀ ਕਰ ਵਧੀਆ ਜੀ ਤੂੰ ਪਾਵੀ ਦੀ ਪਾਵੀ ਪੱਤਰ ਹੋ ਜਾਈ
حاضرين مقبول.